ਹਾਂਜੀ ਬੱਚੋ ਪੇਪਰ ਲੱਗ ਗਿਆ ਆ ਗਿਆ ਨੇ ਉਮੀਦ ਹੈ ਤੁਸੀਂ ਸਾਰਿਆਂ ਤੁਸੀਂ ਤਿਆਰੀ ਸ਼ੁਰੂ ਕਰ ਦਿੱਤੀ ਹੋਗੀ ਅੱਜ ਮੈਂ 8ਵੀਂ ਜਮਾਤ ਦਾ ਪੰਜਾਬੀ ਵਿਸ਼ੇ ਦੇ ਕੁਝ ਮਹੱਤਵਪੂਰਨ ਸਮੱਗਰੀ ਤੁਹਾਨੂੰ ਯਾਦ ਕਰਨ ਲਈ ਭੇਜ ਰਿਹਾ ਇਸ ਦੇ ਸਬੰਧੀ ਪਹਿਲੇ 9 ਪਾਠਾਂ ਦੀ ਸਮੱਗਰੀ ਪਿਛਲੀ ਵੀਡੀਓ 'ਚ ਤੁਹਾਨੂੰ ਪੇਜੀ ਸੀ ਉਮੀਦ ਹੈ ਤੁਸੀਂ ਸਾਰਿਆਂ ਨੇ ਉਹ ਧਿਆਨ ਨਾਲ ਸੁਣ ਲਈ ਹੋਗੀ ਜੇ ਨਹੀਂ ਸੁਣੀ ਉਸ ਦਾ ਲਿੰਕ ਇਜ਼ ਇ ਡਿਸਕ੍ਰਿਪਸ਼ਨ ਪੇਜਾਂਗਾ ਉੱਥੇ ਕਲਿੱਕ ਕਰਕੇ ਤੁਸੀਂ ਉਹ ਪਹਿਲੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਨਾ ਅਗਲੇ ਪਾਠਾਂ ਦੇ ਜਿਹੜੇ ਇਸ ਦੇ ਮਹੱਤਵਪੂਰਨ ਸਮਗਰੀ ਦਾ ਦੂਜਾ ਭਾਗ ਉਸ ਦੇ ਵੀਡੀਓ ਪੇਜ ਨਾਲ ਸੋ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ 'ਚ ਇਹਦੀ ਸਮਗਰੀ ਤੁਹਾਨੂੰ ਮੈਂ ਦੇ ਰਿਹਾ ਸਾਡੇ ਪੰਜਾਬੀ ਅਧਿਆਪਕ ਸਰਦਾਰ ਗੁਰਪ੍ਰੀਤ ਸਿੰਘ ਰੂਪਰਾ ਜਿਹੜੇ ਸਰਕਾਰੀ ਮਿਡਲ ਸਕੂਲ ਪੱਕੇ ਖੁਰਦ ਫਰੀਦਕੋਟ ਤੋਂ ਹਨ ਉਹਨਾਂ ਨੇ ਤਿਆਰ ਕੀਤੀ ਹੈ ਉਹਨਾਂ ਦੀ ਬਣਾਈ ਸਮਗਰੀ ਮੈਂ ਤੁਹਾਨੂੰ YouTube ਚੈਨਲ ਤੇ ਆਪਣੇ ਬਣਾ ਕੇ ਪਾ ਰਹੇ ਹ ਇਸ ਨੂੰ ਬਹੁਤ ਧਿਆਨ ਨਾਲ ਸੁਣਨਾ ਤੇ ਰਿਵੀਜ਼ਨ ਕਰਨ ਲਈ ਵੀਡੀਓ ਨੂੰ 2-3 ਵਾਰ ਜ਼ਰੂਰ ਸੁਣਨਾ ਜੇਕਰ ਤੁਸੀਂ ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜੂਰ ਦਬਣਾ ਤਾਂ ਜੋ ਇਸ ਦਾ ਅਗਲਾ ਵੀਡੀਓ ਜਿਹੜੇ ਅਗਲਾ ਭਾਗ ਭੇਜਾਂਗਾ ਉਸ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹੁਣ ਦਸੋਂ ਪਾਠ ਹਰਿਆਵਲ ਦੇ ਬੀਜ ਪ੍ਰਸ਼ਨ ਫਕੀਰ ਨੇ ਲੋਕਾਂ ਨੂੰ ਕੀ ਸਿੱਖਿਆ ਦਿੱਤੀ ਅਤੇ ਕਿਉਂ ਫਕੀਰ ਨੇ ਲੋਕਾਂ ਨੂੰ ਪਾਗਲਾਂ ਵਾਂਗ ਰੁੱਖ ਵੜਦੇ ਦੇਖ ਕੇ ਕਿਹਾ ਕਿ ਇਸ ਤਰ੍ਹਾਂ ਉਹ ਉਜੜ ਜਾਣਗੇ ਅਤੇ ਧਰਤੀ ਮਰੂਥਲ ਵਿੱਚ ਬਦਲ ਜਾਵੇਗੀ। ਪ੍ਰਸ਼ਨ ਲੋਕਾਂ ਵੱਲੋਂ ਰੁੱਖਾਂ ਦੀ ਅਣਵਾਹ ਕੀਤੀ ਕਟਾਈ ਦਾ ਕੀ ਨਤੀਜਾ ਹੋਇਆ? ਲੋਕਾਂ ਵੱਲੋਂ ਅਣਵਾਹ ਰੁੱਖਾਂ ਦੀ ਕਟਾਈ ਕਰਨ ਨਾਲ ਹੌਲੀ-ਹੌਲੀ ਜੰਗਲ ਮੁੱਕ ਗਏ। ਹਰੀ-ਭਰੀ ਧਰਤੀ ਮਰੂਥਲ ਵਿੱਚ ਬਦਲ ਗਈ। ਅੰਤ ਮਰੂਥਲ ਦਾ ਤੇਜ਼ ਹਵਾਵਾਂ ਵਾਲਾ ਤੂਫਾਨ ਸਭ ਨੂੰ ਉਡਾ ਕੇ ਲੈ ਗਿਆ। ਅਗਲਾ ਰੇਤਲਦ ਤੂਫਾਨ ਕਰਨ ਪੀਖੂ ਤੇ ਉਸਦੇ ਪਰਿਵਾਰ ਨਾਲ ਕੀ ਵਾਪਰਿਆ? ਰੇਤਲ ਦਾ ਜ਼ੋਰਦਾਰ ਤੂਫਾਨ ਭੀਖੋ ਦੇ ਪਰਿਵਾਰ ਨੂੰ ਉਡਾ ਕੇ ਲੈ ਗਿਆ ਭੀਖੋ ਨੇ ਆਪਣੀ ਪਤਨੀ ਤੇ ਪੁੱਤਰ ਨੂੰ ਕੁੱਟ ਕੇ ਫੜ ਲਿਆ ਰਿੱਡ ਦੇ ਰਿੱਡ ਦੇ ਉਹ ਇੱਕ ਰੁੱਖ ਦੀਆਂ ਟਾਹਣੀਆਂ ਵਿੱਚ ਫਸ ਕੇ ਬਜੇ ਅਗਲਾ ਪਾਠ 11ਵਾਂ ਪੰਜਾਬੀ ਲੋਕਨਾਚ ਗਿੱਧਾ ਲੋਕਨਾਚ ਕਿਸ ਨੂੰ ਆਗਦੇ ਹਨ ਲੋਕਨਾਚ ਮਨ ਦੀ ਖੁਸ਼ੀ ਦਾ ਸਰੀਰਿਕ ਪ੍ਰਗਟਾਵਾ ਹੈ ਖੁਸ਼ੀ ਦੇ ਮੌਕੇ ਤੇ ਮਨੁੱਖ ਇਕੱਠੇ ਹੋ ਕੇ ਸਮੂਹਿਕ ਰੂਪ ਵਿੱਚ ਨੱਚਣ ਲੱਗਦੇ ਹਨ ਇਸੇ ਨੂੰ ਲੋਕਨਾਚ ਕਿਹਾ ਜਾਂਦਾ ਹੈ। ਪ੍ਰਸ਼ਨ ਅਗਲਾ ਪੰਜਾਬ ਦੇ ਲੋਕਨਾਚ ਕਿਹੜੇ-ਕਿਹੜੇ ਹਨ? ਗਿੱਧਾ, ਭੰਗੜਾ, ਝੂਮਰ, ਲੁੱਡੀ, ਧਮਾਲ, ਸੰਮੀ, ਕਿੱਕਲੀ ਪੰਜਾਬ ਦੇ ਲੋਕਨਾਚ ਹਨ। ਅਗਲਾ ਪ੍ਰਸ਼ਨ ਗਿੱਧਾ ਕਦੋਂ ਪਾਇਆ ਜਾਂਦਾ ਹੈ? ਗਿੱਧਾ ਖਾਸ ਤੌਰ ਤੇ ਵਿਆਹ ਸ਼ਾਦੀ ਦਿਆਂ ਮੌਕੇ ਜਾਂ ਕਿਸੇ ਵੀ ਖੁਸ਼ੀ ਦੇ ਮੌਕੇ ਉੱਤੇ ਪਾਇਆ ਜਾ ਸਕਦਾ ਹੈ। ਪ੍ਰਸ਼ਨ ਮਟਿਆਰਾ ਗਿੱਧਾ ਕਿਵੇਂ ਪਾਉਂਦੀਆਂ ਹਨ? ਤੁਸੀਂ ਆਮ ਤੌਰੇ ਤੇ ਵੇਖਿਆ ਹੋਵੇਗਾ ਪੰਜਾਬ ਦੇ ਰਹਿਣ ਵਾਲੇ ਤੇ ਆਮ ਵੇਖਦੇ ਰਹਿੰਦੇ ਨੇ। ਗਿੱਧਾ ਪਾਉਣ ਵੇਲੇ ਮਟਿਆਰਾ ਇੱਕ ਗੋਲ ਦਾਇਰਾ ਬਣਾ ਕੇ ਖੜਦੀ ਹਨ। ਢੋਲਕੀ ਤੇ ਵੱਜਰ ਨਾਲ ਇੱਕ ਕੁੜੀ ਬਾਹ ਉਲਾਰ ਕੇ ਬੋਲੀ ਪਾਉਂਦੀ ਏ। ਬੋਲੀ ਦੇ ਅੰਤਮ ਟੱਪੇ ਤੇ ਪੇੜ ਵਿੱਚ ਖੜੀਆਂ ਕੁੜੀਆਂ ਉਸ ਟੱਪੇ ਤੇ ਬੋਲਾਂ ਨੂੰ ਚੁੱਕ ਲੈਂਦੀਆਂ ਹਨ। ਅਤੇ ਨਾਲ ਨਾਲ ਤਾੜੀਆਂ ਮਾਰ ਕੇ ਤਾਲ ਦਿੰਦੀਆਂ ਹਨ। ਇਸ ਸਮੇਂ ਧਾਰੇ ਵਿੱਚੋਂ ਨਿਕਲ ਕੇ ਦੋ ਕੁੜੀਆਂ ਨੱਚਣ ਲੱਗ ਪੈਂਦੀਆਂ ਨੇ ਇਸ ਤਰ੍ਹਾਂ ਗਿੱਧਾ ਲਗਾਤਾਰ ਮਗਦਾ ਰਹਿੰਦਾ ਹੈ। ਫਰਕਲਾਵਸ਼ੇ ਮੁੱਟਿਆਰਾ ਗਿੱਧਾ ਕਿਵੇਂ ਪਾਉਂਦੀ ਹਨ? ਇਹਨਾਂ ਨੂੰ ਨੇ ਦੱਸਿਆ ਸੀ ਇਹ 골ਦਾਰੇ ਜਿਖ ਲੋਗੇ ਤੇ ਬਾਹਾਂ ਲਾਲ ਕੇ ਕਰਦੇ ਆ ਪਹਿਲਾ ਪ੍ਰਸ਼ਨ ਰਿਪੀਟ ਕੀਤਾ ਤਾ ਨਾ। ਫਿਰ ਅਗਲਾ ਪ੍ਰਸ਼ਨ ਪੰਜਾਬ ਦਾ ਸੁਪਨ ਸਾਜ ਡਾਕਟਰ ਮੋਹਿੰਦਰ ਸਿੰਘ ਰੰਧਾਵਾ 12ਵਾਂ ਪਾਠ ਜਿਹੜਾ ਉਸ ਦੇ ਮਹਤਮਪੁਰ ਜਿਹੜੇ ਪ੍ਰਸ਼ਨ ਉਹ ਦੱਸਣ ਜਾ ਰਿਹਾ। ਪੰਜਾਬ ਚ ਖੇਤੀਬਾੜੀ ਨੂੰ ਉਨਤ ਕਰਨ ਲਈ ਡਾਕਟਰ ਰੰਧਾਵਾ ਦਾ ਕੀ ਯੋਗਦਾਨ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕਲਪਤੀ ਬੰਦੇ ਹੀ ਆਪਨੇ ਕਿਸਾਨਾਂ ਨੂੰ ਉਨਤ ਖੇਤੀ ਦੇ ਢੰਗਾਂ ਦੀ ਸਿਖਲਾਈ ਦੇਣ ਲਈ ਵਿਸ਼ੇਸ਼ ਕੰਮ ਕੀਤੇ ਆਪਨੇ ਯੂਨੀਵਰਸਿਟੀ ਵਿੱਚ ਇੱਕ ਵਿਭਾਗ ਕਾਇਮ ਕੀਤਾ ਜੋ ਕਿ ਉਨਤ ਖੇਤੀ ਬਾਰੇ ਜਾਣਕਾਰੀ ਦੇਣ ਵਾਲਾ ਸਾਹਿਤ ਛਾਪ ਕੇ ਕਿਸਾਨਾਂ ਨੂੰ ਮੁਫਤ ਵੰਡਦਾ ਹੈ ਤੇ ਖੇਤੀ ਦੇ ਮਹਾਰ ਕਿਸਾਨ ਮੇਲੇ ਲਾ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਦੇ ਹਨ। ਪ੍ਰਸ਼ਨ ਵਿਗਿਆਨ ਦੇ ਖੇਤਰ ਨਾਲ ਡਾਕਟਰ ਰੰਧਾਵਾ ਦਾ ਨਾਂ ਕਿਵੇਂ ਜੁੜਿਆ ਹੈ? ਡਾਕਟਰ ਰੰਧਾਵਾ ਐਮ ਐਸ ਸੀ ਪਾਸ ਹੋਣ ਕਰਕੇ ਇੱਕ ਵਿਗਿਆਨੀ ਸਨ। ਉਹਨਾਂ ਨੂੰ ਬਨਸਪਤੀ ਵਿਗਿਆਨ ਬਾਰੇ ਖੋਜ ਕਰਨ ਉੱਤੇ ਪੰਜਾਬ ਯੂਨੀਵਰਸਿਟੀ ਵੱਲੋਂ ਡਾਕਟਰ ਦੀ ਡਿਗਰੀ ਦੇਣ ਕਾਰਨ ਉਹਨਾਂ ਦਾ ਨਾਂ ਵਿਗਿਆਨ ਦੇ ਖੇਤਰ ਨਾਲ ਜੁੜ ਗਿਆ। ਚੰਡੀਗੜ੍ਹ ਨੂੰ ਡਾਕਟਰ ਰੰਧਾਵਾ ਦੀ ਕੀ ਦੇਣ ਹੈ? ਡਾਕਟਰ ਰੰਧਾਵਾ ਨੇ ਚੰਡੀਗੜ੍ਹ ਦੇ ਰੋਜ਼ ਗਾਰਡਨ ਵਿੱਚ 1000 ਤੋਂ ਵੱਧ ਗੁਲਾਬ ਦੇ ਫੁੱਲਾਂ ਦੀਆਂ ਵਣਗੀਆਂ ਅਤੇ ਸੜਕਾਂ ਤੇ ਦੋਹੇ ਪਾਸੇ ਲਾਉਣ ਲਈ ਦਰਖਤ ਦੂਰੋ ਦੂਰੋ ਮੰਗਵਾਏ। ਚੰਡੀਗੜ੍ਹ 10 ਸੈਕਟਰ ਵਿੱਚ ਕਲਾ ਕਿਰਤਾਂ ਦੀ ਨਿਮਾਸ਼ ਲਈ ਹਾਲ ਬਣਵਾਇਆ ਤੇ ਪੰਜਾਬ ਕਲਾ ਪਰਿਸ਼ਦ ਦਾ ਦੀ ਸੰਸਥਾ ਕਾਇਮ ਕੀਤੀ। 13ਵਾਂ ਪਾਠ ਧਰਤੀ 8 ਲਿਖੇ 17 ਦਾ ਭਾਵ ਸਪਸ਼ਟ ਕਰੋ। ਲਾਟੂ ਵਾਂਗੋ ਤੁਰੀ ਦੀਵਾਰੇ ਰਹਾ ਘੁੰmdi ਆਪਣੀ ਚਾਲੇ ਕਮਨ ਕਾਨ ਦਿਨ ਤੇ ਰਾਤ ਵਾਰੋ ਵਾਰੀ ਮਾਰਨ ਝਾਤ ਭਾਉ ਧਰਤੀ ਕਹਿੰਦੀ ਹੈ ਕਿ ਮੈਂ ਲਾਟੋ ਵੰਗ ਆਪਣੇ ਤੁਰੀ ਦਿਵਾਲੇ ਆਪਣੇ ਬੱਜੀ ਚਾਲ ਵਿੱਚ ਘੁੰਮਦੀ ਰਹਿੰਦੀ ਹਾਂ ਮੇਰੇ ਘੁੰਮਣ ਨਾਲ ਹੀ ਵਾਰੋ ਵਾਰੀ ਦਿਨ ਤੇ ਰਾਤ ਬੰਦੇ ਹਨ ਇਹ ਮੇਰੀ ਕਥਾ ਕਹਾਣੀ ਸੂਰਜ ਦੀ ਬੇਟੀ ਰਾਣੀ ਆਖਣ ਲੋਕੀ ਧਰਤੀ ਮਾਂ ਮੈਂ ਤਾਂ ਰਹਿਣ ਬਸੇਰਾ ਹਾਂ ਭਾਉ ਤਰਤੀ ਕਹਿੰਦੀ ਹੈ ਕਿ ਮੇਰੀ ਸੰਪੂਰਨ ਕਹਾਣੀ ਇਹ ਹੈ ਕਿ ਮੈਂ ਸੂਰਜ ਦੀ ਪਿਆਰੀ ਤੀ ਹਾਂ ਲੋਕ ਮੈਨੂੰ ਤਰਤੀ ਮਾਂ ਆਖਦੇ ਹਨ ਪਰ ਮੈਂ ਉਹਨਾਂ ਦੇ ਥੋੜੇ ਚਿਰ ਲਈ ਰਹਿਣ ਦੀ ਥਾਂ ਹਾਂ ਪ੍ਰਸ਼ਨ ਜੁੱਦੀ ਖਬਰ ਨੇ ਸਾਰੇ ਸ਼ਹਿਰੀਆਂ ਨੂੰ ਕਿਵੇਂ ਇਕਮੁੱਟ ਕਰ ਦਿੱਤਾ ਅਜਿਹਾ 14ਵਾਂ ਪਾਠ ਸਾਂਝੀ ਮਾਂਜਰ ਹੋਰਾਂ ਪ੍ਰਸ਼ਨ ਭਾਰਤ ਪਾਕਿਸਤਾਨ ਜੁੱਧ ਸਮੇਂ ਰੇਡੀਓ ਤੋਂ ਰਾਤ ਨੂੰ ਅੰਮ੍ਰਿਤਸਰ ਸ਼ਹਿਰ ਉੱਤੇ ਪਾਕਿਸਤਾਨੀ ਜਹਾਜ਼ਾਂ ਦੁਆਰਾ ਬੰਬਾਰੀ ਹੋਣ ਅਤੇ ਛਾਤਾ ਬਰਦਾਰ ਦੇ ਸਰਗ ਸਰਗਮ ਹੋਣ ਦੀ ਖਬਰਾਂ ਨੇ ਸਾਰੇ ਸ਼ਹਿਰੀਆਂ ਨੂੰ ਇੱਕ ਮੁਠ ਕਰ ਦਿੱਤਾ ਪੰਜਾਬ ਕੌਰ ਆਪਣੇ ਕਿਹੜੇ ਪੁੱਤਰਾਂ ਤੋਂ ਬਲਿਹਾਰ ਜਾਂਦੀ ਸੀ ਤੇ ਕਿਉਂ ਜ਼ਹਿਰੀਲੀ ਗੈਸ ਦਾ ਬੰਬ ਫਟਣ ਮਗਰੋਂ ਪੰਜਾਬ ਕੌਰ ਦਾ ਸਾਰਾ ਗਵਾਂਡ ਖਾਲੀ ਹੋ ਗਿਆ ਪੰਜਾਬ ਕੌਰ ਦੇ ਸਾਥੀ ਹੁਣ ਕੇਵਲ ਨਾਲ ਦੇ ਖੇਤ ਵਿੱਚ ਲੱਗੀ ਤੋਪ ਵਾਲੇ ਤੋਪਚੀ ਹੀ ਸਨ ਉਹ ਆਪਣੇ ਉਹਨਾਂ ਬਹਾਦਰ ਪੁੱਤਰਾਂ ਤੇ ਬਲਿਹਾਰ ਜਾਂਦੀ ਸੀ ਪੰਜਾਬ ਕੌਰ ਨੇ ਘਰ ਛੱਡਣ ਦਾ ਫੈਸਲਾ ਕਿਉਂ ਕਰ ਲਿਆ ਸੀ ਜਰੈਲੀ ਗੈਸ ਦਾ ਬੰਬ ਫਟਣ ਮਗਰੋਂ ਪੰਜਾਬ ਕੌਰ ਦਾ ਸਾਰਾ ਗਵਾਂਡ ਖਾਲੀ ਹੋ ਗਿਆ ਉਹ ਆਪਣੇ ਬੱਚਿਆਂ ਨੂੰ ਮਰਦੇ ਜਾਂ ਅਨੇੰਦਰੇ ਵਿੱਚ ਰਹਿੰਦੇ ਨਹੀਂ ਸੀ ਦੇਖ ਸਕਦੇ ਇਸ ਕਰਕੇ ਇਸ ਫਿਕਰ ਕਰਕੇ ਉਸ ਨੇ ਘਰ ਛੱਡਣ ਦਾ ਫੈਸਲਾ ਕਰ ਲਿਆ ਤੋਪਚੀਆਂ ਦੇ ਸਰਦਾਰ ਨੇ ਪੰਜਾਬ ਕੌਰ ਨੂੰ ਕੀ ਕਿਹਾ ਦੁਸ਼ਮਨ ਦੇ ਟੋਪਾਂ ਤੇ ਗੋਲਿਆਂ ਤੋਂ ਡਰ ਕੇ ਪਰਿਵਾਰ ਸਮੇਤ ਘਰ ਛੱਡਣ ਲਈ ਤਿਆਰ ਹੋਏ ਪੰਜਾਬ ਕੌਰ ਨੂੰ ਤੋਪਚੀਆਂ ਦੇ ਸਰਦਾਰ ਨੇ ਕਿਹਾ ਕਿ ਜਦੋਂ ਤੱਕ ਉਹ ਜਿਉਂਦੇ ਹਨ ਉਹਨਾਂ ਦੀ ਵਾਹਵਾਲ ਵੀ ਕੋਈ ਨਹੀਂ ਤੱਕ ਸਕਦਾ 15ਵਾਂ ਬਾੜ ਰਵਿੰਦਰਨਾਥ ਟੈਗੋਰ ਸਾਡਾ ਰਾਸ਼ਟਰੀ ਗਾਣ ਕਿਹੜਾ ਹੈ ਤੇ ਇਸ ਦਾ ਲੇਖਕ ਕੌਣ ਹੈ ਜਨ ਗਨ ਮਨ ਸਾਡਾ ਰਾਸ਼ਟਰੀ ਗਾਣ ਹੈ ਇਸ ਦਾ ਲੇਖਕ ਰਵਿੰਦਰਨਾਥ ਟੈਗੋਰ ਹੈ ਰਵਿੰਦਰਨਾਥ ਟੈਗੋਰ ਆਪਣੇ ਪਿਤਾ ਨਾਲ ਕਦੋਂ ਪੰਜਾਬ ਆਏ ਇੱਥੋਂ ਦੇ ਮਾਹੌਲ ਦਾ ਉਹਨਾਂ ਦੇ ਮਨ ਤੇ ਕਿਹੋ ਜਿਹਾ ਪ੍ਰਭਾਵ ਪਿਆ ਉਹ ਆਪਣੇ ਪਿਤਾ ਨਾਲ 11 ਸਾਲ ਦੀ ਉਮਰ ਵਿੱਚ ਪੰਜਾਬ ਆਏ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਪਵਿੱਤਰ ਵਾਤਾਵਰਨ ਵਿੱਚ ਆਪਣਾ ਕਿੰਨਾ ਕਿੰਨਾ ਚਿਰ ਮੰਤਰ ਮੁਕਤ ਹੋਏ ਕੀਰਤਨ ਸੁਣਦੇ ਟੈਗੋਰ ਨੇ ਆਪਣੇ ਰਚਨਾਵਾਂ ਕਿਹੜੀ ਭਾਸ਼ਾ ਵਿੱਚ ਲਿਖੀਆਂ ਉਹਨਾਂ ਦੇ ਪ੍ਰਸਿੱਧ ਰਚਨਾਵਾਂ ਦੇ ਨਾਮ ਲਿਖੋ ਟੈਗੋਰ ਨੇ ਆਪਣੀਆਂ ਰਚਨਾਵਾਂ ਆਪਣੀ ਮਾਤ ਭਾਸ਼ਾ ਬੰਗਲਾ ਵਿੱਚ ਰਚੀਆਂ ਆਪ ਦੀਆਂ ਪ੍ਰਸਿੱਧ ਰਚਨਾਵਾਂ ਨਾਵਲ ਗੋਰਾ ਅਤੇ ਨੋਕਾ ਡੁੱਬੀ ਉਹਨਾਂ ਦਾ ਨਾਟਕ ਜਿਹੜਾ ਸੀ ਤਰੰਗ ਦਾ ਕਹਾਣੀਆਂ ਜਿਹੜੇ ਕਾਬਲੀ ਵਾਲਾ ਪੋਸਟਮਾਸਟਰ ਹਾਰਜੀਤ ਤੇ ਕਾਵਿ ਸੰਗ੍ਰਹਿ ਜਿਹੜਾ ਸੀ ਗੀਤਾਂਜਲੀ ਸੀ ਟੈਗੋਰ ਦੀ ਸਭ ਤੋਂ ਪ੍ਰਸਿੱਧ ਰਚਨਾ ਕਿਹੜੀ ਹੈ ਇਸ ਰਚਨਾ ਲਈ ਉਹਨਾਂ ਨੂੰ ਕਿਹੜਾ ਇਨਾਮ ਕਦੋਂ ਮਿਲਿਆ ਸੀ ਟੈਗੋਰ ਦੀ ਸਭ ਤੋਂ ਪ੍ਰਸਿੱਧ ਰਚਨਾ ਉਹਨਾਂ ਦਾ ਕਾਵਿ ਸੰਗ੍ਰਹਿ ਗੀਤਾਂਜਲੀ ਹੈ ਇਸ ਰਚਨਾ ਲਈ ਉਹਨਾਂ ਨੂੰ 1913 ਵਿੱਚ ਨੋਬਲ ਪੁਰਸਕਾਰ ਮਿਲਿਆ ਸ਼ਾਂਤੀ ਨਿਕੇਤਨ ਵਾਲੇ ਤੁਸੀਂ ਕੀ ਜਾਣਦੇ ਹੋ ਰਬਿੰਦਰਨਾਥ ਗੋਵਿੰਦ ਵਿਦਿਆਰਥੀਆਂ ਨੂੰ ਖੁੱਲੇ-ਡੁੱਲੇ ਮਾਹੌਲ ਵਿੱਚ ਪੜਾਉਣ ਲਈ ਸ਼ਾਂਤੀ ਨਿਕੇਤਨ ਨਾਂ ਦੀ ਪਾਟਸ਼ਾਲਾ ਬਣਾਈ। ਇਸ ਵਿੱਚ ਵਿਦਿਆਰਥੀ ਰੁੱਖਾਂ ਹੇਠ ਬੈਠ ਕੇ ਹੀ ਪੜ੍ਹਦੇ ਸਨ। ਇੱਥੇ ਸਾਹਿਤ, ਕਲਾ, ਸੰਗੀਤ, ਚਿੱਤਰਕਾਰੀ ਤੇ ਭਾਰਤੀ ਸੰਗੀਤ ਦੀ ਸਿੱਖਿਆ ਦਿੱਤੀ ਜਾਂਦੀ ਸੀ। ਹੁਣ ਇਹ ਸੰਸਥਾ ਵਿਸ਼ ਭਾਰਤੀ ਨਾਂ ਦੀ ਯੂਨੀਵਰਸਿਟੀ ਬਣ ਗਈ ਹੈ। 16ਵਾਂ ਪਾਠ ਗੁਲਾਬ ਗੁਲਾਬ ਦੀ ਫਸਲ। ਇਹ ਲਿਖ ਕੇ ਸਤਰਾਂ ਦੇ ਭਾਵ ਸਪਸ਼ਟ ਕਰੋ। ਜਿੱਥੇ-ਜਿੱਥੇ ਸਹਿਦਾਂ ਦੀ ਰੁੱਤ ਡੁੱਲੇ ਉੱਥੇ ਜਿੱਥੇ ਜਿੱਥੇ ਸਹਾਇਦਾਂ ਦੇ ਰਤ ਡੁੱਲੇ ਉੱਥੇ ਫਸਲ ਗੁਲਾਬ ਦੀ ਮਹਿਕਦੀ ਹੈ। ਭਾਵ ਜਿੱਥੇ ਜਿੱਥੇ ਸਹਾਇਦਾਂ ਦਾ ਖੂਨ ਡੁੱਲਦਾ ਹੈ ਉੱਥੇ ਅਣਖੀ ਜੋਦੇ ਪੈਦਾ ਹੁੰਦੇ ਹਨ। ਸਾਡੇ ਪਿੱਠ ਤੇ ਖੜਾ ਇਤਿਹਾਸ ਸਾਡਾ ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ। ਅਸੀਂ ਜਾਣਦੇ ਕਿੰਜ ਕੁਰਬਾਨ ਹੋਣਾ ਸੋਹਣੇ ਦੇਸ਼ ਦੀ ਇੱਕ ਵੀ ਮੰਗ ਉੱਤੇ। ਸਿੱਖਾਂ ਦਾ ਇਤਿਹਾਸ ਅਣਖ, ਸਦਕ, ਸੂਰਬੀਰਤਾ ਤੇ ਧਰਮ ਤੇ ਦ੍ਰਿੜ ਦ੍ਰਹਿ ਹੈ। ਕੀ ਕੁਰਬਾਨ ਹੋਣ ਵਾਲਾ ਹੈ ਸਿੱਖ ਧਰਮ ਦੱਸਦਾ ਹੈ ਕਿ ਜਦੋਂ ਦੇਸ਼ ਨੂੰ ਲੋੜ ਪਵੇ ਤਾਂ ਕਿੰਝ ਕੁਰਬਾਨੀ ਦੇਣੀ ਹੈ ਅਗਰ ਨਵਾਂ 17ਵਾਂ ਪਾਠ ਲੋੜੀ ਲੋੜੀ ਦਾ ਤਿਉਹਾਰ ਕਦੋਂ ਤੇ ਕਿਉਂ ਮਨਾਇਆ ਜਾਂਦਾ ਹੈ ਲੋੜੀ ਦਾ ਤਿਉਹਾਰ ਪੰਜਾਬ ਵਿੱਚ ਦੇਸੀ ਮਹੀਨੇ ਪੋਹ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ ਇਹ ਤਿਉਹਾਰ ਨਵੇਂ ਜੀ ਦੇ ਜਨਮ ਦੀ ਖੁਸ਼ੀ ਨੂੰ ਸਮਾਜ ਨਾਲ ਸਾਂਝੀ ਕਰਨ ਲਈ ਮਨਾਇਆ ਜਾਂਦਾ ਹੈ ਲੋੜੀ ਦੇ ਤਿਉਹਾਰ ਦਾ ਸਬੰਧ ਖੇਤੀਬਾੜੀ ਜੀਵਨ ਨਾਲ ਕਿਵੇਂ ਜੁੜਿਆ ਹੋਇਆ ਹੈ ਖੇਤੀ ਪੰਜਾਬ ਦਾ ਮੁੱਖ ਪੇਸ਼ਾ ਹੈ ਮਸ਼ੀਨਾ ਆਉਣ ਤੋਂ ਪਹਿਲਾਂ ਹਰ ਪਰਿਵਾਰ ਵਿੱਚ ਜਿਆਦਾ ਬੰਦਿਆਂ ਦੀ ਲੋੜ ਪੈਂਦੀ ਸੀ ਇਸ ਕਰਕੇ ਘਰ ਵਿੱਚ ਪੁੱਤਰ ਦੀ ਆਮਦ ਉੱਤੇ ਖੁਸ਼ੀ ਵਜੋਂ ਲੋੜੀ ਮਨਾਉਣੀ ਸ਼ੁਰੂ ਹੋ ਗਈ। ਪ੍ਰਸ਼ਨ ਈਸ਼ਰ ਆਏ ਦਲਿੱਦਰ ਜਾਏ ਤੁਕ ਤੋਂ ਕੀ ਭਾਵੇ? ਇਸ ਦਾ ਭਾਵੇ ਕਿ ਲੋੜੀ ਤੋਂ ਪਹਿਲਾਂ ਸਰਦੀ ਦੀ ਸੁਸਤੀ ਚਲੀ ਜਾਵੇ ਹਰ ਕੋਈ ਉਦਮੀ ਹੋ ਕੇ ਕੰਮ ਕਰ ਤੇ ਖੁਸ਼ਹਾਲੀ ਲਿਆਵੇ। 18ਵਾਂ ਪਾਠ ਹੱਕੀ ਦਾ ਜਾਦੂਗਰ ਧਿਆਨ ਚੰਦ ਸ਼ਹਿਰਾਂ ਦੀ ਲੋੜੀ ਤੇ ਪਿੰਡਾਂ ਦੀ ਲੋੜੀ 'ਚ ਕੀ ਅੰਤਰ ਹੈ? ਆ ਪਿਛਲੇ ਪ੍ਰਸ਼ਨ ਲੋੜੀ ਦਾ ਹੀ ਉੱਤੇ ਹੈਗਾ। ਪਿੰਡਾਂ ਦੀ ਲੋੜੀ ਜਿੱਥੇ ਪਿੰਡ ਦੀ ਸਾਂਝੀ ਥਾਂ ਅਰਥਾਤ ਸਾਥ ਸੱਚ ਬਾਲੀ ਜਾਂਦੀ ਹੈ, ਉੱਥੇ ਸ਼ਹਿਰਾਂ ਵਿੱਚ ਲੋੜੀ ਗਲੀ ਮੁਹੱਲੇ ਜਾਂ ਘਰਾਂ ਦੇ ਵੇੜਿਆਂ 'ਚ ਬਾਲੀ ਜਾਂਦੀ ਹੈ। ਧਿਆਨ ਚੰਦ ਕੌਣ ਸੀ? 18ਵਾਂ ਪਾਠ ਦਾ ਪ੍ਰਸ਼ਨ ਹੈ। ਉਸਦੇ ਜਹਾਜ਼ ਹਰ ਸਾਲ ਕਿਵੇਂ ਮਨਾਇ ਜਾਂਦੀ ਹੈ? ਧਿਆਨ ਚੰਦ ਭਾਰਤ ਦਾ ਵਿਸ਼ ਪਦਰੀ ਹਾਕੀ ਖਿਡਾਰੀ ਸੀ। ਉਸਦਾ ਜਨਮ ਦਨ 29 ਅਗਸਤ ਨੂੰ ਚੁਮੂਚੇ ਦੇਸ਼ ਵਿੱਚ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ ਕਿ ਖੇਡ ਦਿਵਸ ਕਦੋਂ ਮਨਾਇਆ ਜਾਂਦਾ ਹੈ 29 ਅਗਸਤ ਨੂੰ ਧਿਆਨ ਚੰਦ ਦੇ ਜਨਮ ਦਿਨ ਧਿਆਨ ਚੰਦ ਦਾ ਬੁੱਤ ਕਿੱਥੇ ਲੱਗਾ ਹੋਇਆ ਤੇ ਇਸ ਬੁੱਧ ਦੀ ਕੀ ਵਿਸ਼ੇਸ਼ਤਾ ਹੈ ਧਿਆਨ ਚੰਦ ਦਾ ਬੁੱਤ ਵਿਹਾਨਾ ਵਿੱਚ ਲੱਗਾ ਹੋਇਆ ਹੈ ਇਸ ਬੁੱਧ ਦੇ ਹੱਥ ਦੋ ਦੋ ਨਹੀਂ ਸਗੋ ਚਾਰ ਹਨ ਤੇ ਚੋਹਾ ਵਿੱਚ ਹੀ ਹਾਕੀ ਸਟਿਕ ਹਨ ਅਗਲਾ ਪ੍ਰਸ਼ਨ ਧਿਆਨ ਚੰਦ ਦੀ ਖੇਡ ਨਾਲ ਕਿਹੜੀਆਂ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ ਇੱਕ ਵਾਰ ਕ੍ਰਿਕਟ ਦੇ ਮਹਾਨ ਖਿਡਾਰੀ ਨੇ ਹੈਰਾਨ ਹੁੰਦੇ ਧਿਆਨ ਚੰਦ ਨੂੰ ਪੁੱਛਿਆ ਕਿ ਉਸ ਸਟਿਕ ਨਾਲ ਇੰਨੇ ਗੋਲ ਕਿਵੇਂ ਕਰ ਲੈਂਦਾ ਹੈ ਇੱਕ ਵਾਰੀ ਇੱਕ ਦਰਸ਼ਕ ਨੇ ਉਸ ਨੂੰ ਦਰਸ਼ਕ ਨੇ ਉਸ ਕੋਲ ਚੁੰਬਕੀ ਸਟਿਕ ਹੁੰਦੀ ਗੱਲ ਕਹੀ ਕਹਿੰਦੇ ਹਨ ਕਿ ਧਿਆਨ ਚੰਦ ਨੇ ਸੈਰ ਕਰਨ ਵਾਲੀ ਛੜੀ ਨਾਲ ਵੀ ਗੋਲ ਕਰ ਦਿੱਤੇ ਪ੍ਰਗਲਾ ਪ੍ਰਸ਼ਨ ਧਿਆਨ ਚੰਦ ਕਿਸ ਪੋਜੀਸ਼ਨ ਉੱਤੇ ਖੇਡਦਾ ਸੀ ਤੇ ਉਸ ਦੀ ਹਾਕੀ ਖੇਡਣ ਤਕਨੀਕ ਕਿਹੋ ਜੀ ਸੀ ਧਿਆਨ ਚੰਦ ਸੈਂਟਰ ਫਾਰਵਰਡ ਦੀ ਪੋਜੀਸ਼ਨ ਉੱਤੇ ਖੇਡਦਾ ਸੀ ਪਰ ਉਸਦੇ ਖੇਡ ਤੇਜ਼ ਤਰ੍ਹਾਂ ਨਹੀਂ ਸੀ ਸਕੋ ਉਸਦੇ ਖੇਡ ਵਿੱਚ ਤੀਮਾਪਨ ਤੇ ਜੋਸ਼ ਨਾਲੋਂ ਹੋਸ਼ ਵਧੇਰੇ ਸੀ ਸੋ ਬੱਚੋ ਇਹ ਮਹੱਤਵਪੂਰਨ ਸਮਗਰੀ ਤੁਹਾਡੀ 8ਵੀਂ ਜਮਾਤ ਦੇ ਬੋਰਡ ਦੇ ਪੇਪਰਾਂ ਲਈ ਤੁਹਾਨੂੰ ਭੇਜ ਰਿਹਾ ਸਾਡੇ ਮਾਸਟਰ ਜਿਹੜੇ ਗੁਰਪ੍ਰੀਤ ਸਿੰਘ ਉਹਨਾਂ ਨੇ ਤਿਆਰ ਕੀਤੀ ਜੇਕਰ ਤੁਸੀਂ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਬਾਕੀ ਦੇ ਪਾਠਾਂ ਦੀ ਵੀਡੀਓ ਪ੍ਰਾਪਤ ਕਰਨ ਲਈ ਉਸਦੇ ਬੈਲ ਆਈਕਨ ਬਟਨ ਜ਼ਰੂਰ ਦਬੋ ਸਬਸਕ੍ਰਾਈਬ ਕਰਨ ਤੋਂ ਬਾਅਦ ਜੇ ਪਾਠ ਤੁਹਾਨੂੰ ਵਧੀਆ ਲੱਗਾ ਤੇ ਇਹਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਧੰਨਵਾਦ